ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ, ਵੇਖ ਰਹੇ ਹੋ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਤੇ ਚਾਨ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਈ ਤੇ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ। ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਵਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੇ, ਵੀਡੀਓ ਇਸ ਤਰ੍ਹਾਂ ਹੈ, ਚਿਹਰਾ ਪੁਰਾਣਾ ਤੇ ਡੇਰਾ ਨਵਾਂ ਜਿਹੜਾ ਨਾ, ਅੱਜ ਪਹਿਲੀ ਵੀਡੀਓ ਜਿਹੜੀ ਹੈ ਨਾ, ਇਸ ਡੇਰੇ ਤੋਂ ਵੀਡੀਓ ਅਪਲੋਡ ਹੋ ਲੱਗੀ, ਲੇਕਿਨ ਵੀਡੀਓ ਜਿਹੜੀ ਹੈ ਨਾ, ਇਹ ਚਾਚਾ ਜ਼ਫਰ ਘਈਆ ਇਸ ਨਾਂ ਤੋਂ ਜਿਹੜਾ ਨਾ, ਸਾਰੇ ਦੋਸਤ ਅਹਿਬਾਬ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ ਔਰ ਫਾਲੋਅਰ ਜਿਹੜੇ ਨੇ ਨਾ, ਇਹ ਜਾਣਦੇ ਨੇ ਕਿ ਅੱਗੇ ਵੀਡੀਓ ਜਿਹੜੀ ਹੈ ਨਾ, ਬਸ ਸਿਲਸਿਲਾਵਾਰ ਵੀਡੀਓ ਜਿਹੜਾ ਇਹਨਾਂ ਦੀ ਘਈਆਂ ਤੋਂ ਜਿਹੜਾ ਨਾ, ਇਹ ਅਪਲੋਡ ਹੁੰਦੀ ਰਹੀ ਹੈ। ਲੇਕਿਨ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ, ਇਹ ਅੱਜ ਹੀ ਵਾਲੇ ਤੋਂ ਇਹਨਾਂ ਦੀ ਵੀਡੀਓ ਅਪਲੋਡ ਹੋਣੀ ਹੈ। ਬਾਕੀ ਵੀਡੀਓ ਦਾ ਐਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਹਾਜੀ ਵਾਲਾ ਲੋਕੇਸ਼ਨ। ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾਵਣਾ ਹੋਵੇ, ਗੁਜਰਾਤ ਤੋਂ ਨਿਕਲ ਕੇ ਆ ਜਾਣਾ ਖੋਖੇ ਸਟਾਪ ਤੇ ਔਰ ਖੋਖੇ ਸਟਾਪ ਤੋਂ ਅੱਗੇ ਤਕਰੀਬਨ ਜਿਹੜਾ ਹੈ ਨਾ, ਇਹ 7 ਕਿਲੋਮੀਟਰ ਤੋਂ ਬਾਅਦ ਪਿੰਡ ਆਉਂਦਾ, ਇਹੀ ਇਹਨਾਂ ਦੇ ਲੋਕੇਸ਼ਨ ਹੈ। ਮਜ਼ੀਦ ਕਿਸੇ ਵੀ ਭਰਾ ਦੂਰੋਂ ਆਉਣਾ ਹੋਵੇ, ਨੰਬਰ ਜਿਹੜਾ ਸਕਰੀਨ ਤੇ ਲੱਗ ਜਾਣਾ, ਲੋਕੇਸ਼ਨ ਜਿਹੜੀ ਹੈ ਨਾ, ਉਹ ਇਹਨਾਂ ਕੋਲ ਵਟਸਐਪ ਤੇ ਮੰਗਾ ਲੈਣੀ ਹੈ। ਬਾਕੀ ਜਿਹੜੀ ਗੱਲਬਾਤ ਹੈ ਡੰਗਰਾਂ ਦੇ ਔਰ ਸਾਰੀ ਇਨਸ਼ਾਅੱਲਾ ਚਾਚੇਦਾਰ ਨਾਲ ਹੋਵੇਗੀ, ਕਿਉਂਕਿ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ, ਇਸ ਵੀਡੀਓ ਦੇ ਵਿੱਚ ਝੋਟੀਆਂ ਲੱਗਣੀਆਂ ਨੇ, ਚਾਰ ਝੋਟੀਆਂ ਜਿਹੜੀਆਂ ਨੇ ਸੱਜਤ ਹੋਈਆਂ ਨੇ, ਤੇ ਇਨਸ਼ਾਅੱਲਾ ਉਮੀਦ ਕਰਾਂਗਾ ਜਿਸ ਤਰ੍ਹਾਂ ਅੱਗੇ ਵੀਡੀਓ ਵੇਖਦੇ ਰਹੇ ਹੋ ਨਾ, ਕਿ ਚਾਚੇ ਜ਼ਫਰ ਦਾ ਮਾਲ ਔਰ ਮੁੱਲ ਭਰਾਵਾਂ ਨੂੰ ਪਸੰਦ ਆਉਂਦਾ, ਤੇ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ, ਇਸ ਵੀਡੀਓ ਦੇ ਵਿੱਚ ਵੀ ਇਨਸ਼ਾਅੱਲਾ ਝੋਟੀਆਂ ਵੀ ਔਰ ਮੁੱਲ ਵੀ ਜਿਹੜਾ ਨਾ, ਇਹ ਭਰਾਵਾਂ ਨੂੰ ਪਸੰਦ ਆਵੇਗਾ। ਬਾਕੀ ਮਾਲ ਪਸੰਦ ਆਵੇ, ਨੰਬਰ ਸਕਰੀਨ ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਫੈਨ ਕਰ ਲੈਣਾ। ਵਾਰ ਅੱਜ ਬੁੱਧ, ਤਾਰੀਖ ਵੀ ਬਣਦੀ ਹੈ 3/7/2024। ਬਾਕੀ ਅੱਲਾ ਪਾਕ ਰੱਖੇ ਹੈਰ, ਤੇ ਪਹਿਲਾਂ ਤੱਕ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ। ਆਓ ਜੀ ਚਾਚਾ ਜੀ, ਅਸਲਾਮ ਅਲੈਕੁਮ ਜੀ। ਅੱਲਾ ਪਾਕ ਦਾ ਸ਼ੁਕਰ ਹੈ ਚਾਚਾ ਜੀ, ਤੁਸੀਂ ਸੁਣਾਓ ਕੀ ਆ? ਸਿਹਤ ਵੀ ਹੈ, ਠੀਕ ਹੈ। ਲੋ ਜੀ ਚਾਚਾ ਜੀ, ਬੜੀਆਂ ਸਾਰੀਆਂ ਕਾਲਾਂ ਔਰ ਬੜੇ ਸਾਰੇ ਮੈਸੇਜ ਕੋਲੇ ਮੌਜੂਦ ਨੇ, ਜਿਹੜੇ ਭਰਾ ਮੈਸੇਜ ਕਰਕੇ ਜਾਂ ਕਾਲ ਕਰਕੇ ਜਾਂ ਕਮੈਂਟ ਕਰਕੇ ਜਿਹੜਾ ਹੈ ਨਾ, ਇਹ ਪੁੱਛਦੇ ਰਹੇ ਨੇ ਕਿ ਚਾਚੇ ਰਾਜੀ ਵੀਡੀਓ ਜਿਹੜੀ ਹੈ ਨਾ, ਇਹ ਕਿਉਂ ਨੀ ਅਪਲੋਡ ਹੁੰਦੀ ਪਈ? ਤੇ ਅੱਜ ਅਲਹਮਦੁਲਿਲਾ ਉਹਨਾਂ ਭਰਾਵਾਂ ਨੇ ਚਿਹਰਾ ਵੀ ਔਰ ਮਾਲ ਵੀ ਔਰ ਮੁੱਲ ਵੀ ਜਿਹੜਾ ਹੈ ਨਾ, ਉਹ ਸਾਹਮਣੇ ਆ ਜਾਣਾ ਜੀ। ਅੱਲਾ ਦੇ ਹੁਕਮ ਨਾਲ ਕਿਉਂ ਨੀ ਜੀ? ਅੱਲਾ ਦੇ ਹੁਕਮ ਨਾਲ ਮਾਲ ਤੇ ਚਲੋ ਆਪਣੇ ਮੌਸਮ ਦੇ ਹਿਸਾਬ ਨਾਲ ਹੀ ਵਿਕਣੇ ਜੀ ਵੀ। ਅੱਲਾ ਦੇ ਹੁਕਮ ਨਾਲ ਮੇਰਾ ਫੇਰ ਵੀ ਰੇਟ ਅੱਲਾ ਦੇ ਹੁਕਮ ਨਾਲ ਵੱਖਰਾ ਹੋਵੇਗਾ, ਵੱਖਰਾ ਹੋਵੇਗਾ, ਮਾਲ ਵੀ ਵੱਖਰਾ ਹੋਵੇਗਾ, ਰੇਟ ਵੱਖਰਾ ਇਨਸ਼ਾਅੱਲਾ ਜਨਾਬ। ਲੋ ਜੀ ਚਾਚਾ ਜੀ, ਇੱਕ ਗੱਲ ਦੇ ਵਜ਼ਾਹਤ ਕਰਨੀ ਹੈ, ਅੱਗੂ ਜਨਾਬ ਦੀ ਵੀਡੀਓ ਜਿਹੜੀ ਹੈ, ਇਹ ਹਾਜੀ ਵਾਲੇ ਤੋਂ ਅਪਲੋਡ ਹੋਣੀ ਕਰਨੀ? ਹਾਜੀ ਵਾਲੇ ਪਿੰਡ ਪਤਾ ਜੇ ਲੈਣਾ, ਸੌਰੀ ਜੀ, ਉੱਥੇ ਮਾਲ ਹੈ ਤੇ ਇੱਥੇ ਫਿਰ ਡੇਰਾ ਆਪਣਾ, ਮੇਰਾ ਭਾਣਜਾ ਦਾ ਡੇਰਾ, ਠੀਕ ਹੈ ਜੀ, ਇੱਥੇ ਮਾਲ ਲੱਗਦਾ ਤੇ ਵੀਡੀਓ ਦੇ ਬਗੈਰ ਵੀ ਹਰ ਹਰ ਦਿਨ ਇੱਥੇ ਮਾਲ ਮਿਲੇਗਾ। ਵੈਰੀ ਗੁੱਡ ਜੀ, 24 ਘੰਟਿਆਂ ਦੇ ਮਾਲ ਮੌਜੂਦ ਹੈ ਦਿਨ ਵਿੱਚ ਆ ਜਾਣਾ ਜਨਾਬ। ਡੇਰਾ ਜਿਹੜਾ ਹੈ ਨਾ, ਹਾਜੀ ਸਫਦਰ ਸਫਦਰ ਸਾਹਿਬ ਦੇ ਫਾਰਮ ਹਾਊਸ ਜਿਹੜਾ ਹੈ ਨਾ, ਮਾਲ ਇਹ ਅਲਹਮਦੁਲਿਲਾ ਹਰ ਟਾਈਮ ਜਿਹੜਾ ਲੱਭੇਗਾ ਜੀ, ਠੀਕ ਹੋ। ਇਹ ਲੋ ਜੀ ਚਾਚਾ ਜੀ, ਇੱਕ ਵਾਰੀ ਸਲਾਮ ਦਾ ਕਰੋ ਆਪਣੇ ਚਾਹਣ ਵਾਲਿਆਂ ਨੂੰ ਜਨਾਬ, ਸਾਰੇ ਜਿੰਨੇ ਸਾਡੇ ਫਾਲੋਅਰ ਨੇ, ਸਬਸਕ੍ਰਾਈਬਰ ਨੇ ਜੀ, ਹੋਰ ਵੀ ਜਿੱਥੇ ਜਿਹੜੇ ਖਿੱਤੇ ਤੇ ਰਹਿੰਦੇ ਨੇ ਮੇਰੇ ਭਰਾ ਪੁੱਤਰ, ਉਹਨਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ ਜੀ। ਬਿਲਕੁਲ, ਤੇ ਜਨਾਬ ਬੜੀਆਂ ਕਾਲਾਂ ਤੇ ਬੜੇ ਮੈਸੇਜ ਆਏ ਨੇ, ਕੋਈ ਮਜਬੂਰੀਆਂ ਆਈਆਂ, ਕੋਈ ਮਕਾਨ ਚਕਾਨ, ਕੋਈ ਵਿਆਹ ਦਾ ਨਿਕਾਹ ਦਾ ਕੀਤਾ, ਉਹਦੀ ਵਜ੍ਹਾ ਦੇ ਲੇਟ ਹੋਇਆ, ਇਨਸ਼ਾਅੱਲਾ ਰਹੀ ਜ਼ਿੰਦਗੀ ਚ ਆਉਂਦਾ ਹਰ ਵਾਰ
ਜਨਾਬ ਲੋ ਜੀ ਦੋ ਟੁੱਟ ਗਈਆਂ ਨੇ ਜਿਹੜੀਆਂ ਖੜੀਆਂ ਨੇ ਪਹਿਲਾਂ ਤਿੰਨ ਮੱਝਾਂ ਦੂਜਣਾ ਜੀ ਠੀਕ ਹੈ ਇੱਕ ਮੱਝ ਪਹਿਲਾਂ ਝੋਟੀ ਇੱਕ ਵਾਰੀ ਬਲਾਲਤ ਕਰ ਲੋ ਜੀ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਨਾਬ ਹਾਜੀ ਵਾਲਾ ਫਾਰਮ ਹਾਊਸ ਜਨਾਬ ਹਾਜੀ ਸਫਦਰ ਸਾਹਿਬ ਹਾਜੀ ਵਾਲੇ ਜਿਹੜਾ ਨਾ ਜਨਾਬ ਸਾਰੇ ਜਿਹੜਾ ਨਾ ਇਹ ਦੋ ਤਬਾਬ ਜਾਣਦੇ ਨੇ ਤੇ ਲੇਕਿਨ ਵੀਡੀਓ ਜਿਹੜੀ ਹੈ ਨਾ ਤੇ ਚਾਚਾ ਜ਼ਫਰ ਨੰਬਰਦਾਰ ਪਿੰਡ ਕਈਆਂ ਜਨਾਬ ਉਹਨਾਂ ਦੇ ਵੀਡੀਓ ਨੇ ਤੇ ਅਲਹਮਦੁਲਿਲਾ ਝੋਟੀਆਂ ਜਿਹੜੀਆਂ ਨੇ ਨਾ ਇਹ ਆ ਗਈਆਂ ਨੇ ਭਰਾਵਾਂ ਦੇ ਸਾਹਮਣੇ ਝੋਟੀ ਨੰਬਰ ਜਿਹੜੀ ਹੈ ਨਾ ਜੀ ਇੱਕ ਝੋਟੀ ਦਾ ਸ਼ੌਕ ਜਿਹੜਾ ਨਾ ਇਹ ਭਰਾਵਾਂ ਨੇ ਕਰਨਾ ਲੈਣੇ ਦੇਣੇ ਨਸੀਬ ਨੇ ਹੱਡੀ ਪੁੱਠਾ ਲਿਬਾਸ ਥਣ ਮੁਕੰਮਲ ਜਿਹੜਾ ਨਾ ਇਹ ਤਸੱਲੀ ਝੋਟੀ ਦੀ ਜਨਾਬ ਕਰਨੀ ਹੈ ਛੁਹਾਰਾ ਥਣ ਔਰ ਮਾਸ਼ਾਅੱਲਾ ਜਨਾਬ ਝੋਟੀ ਨੂੰ ਥਣ ਲੱਗੇ ਆ ਲੋ ਜੀ ਚਾਚਾ ਜੀ ਝੋਟੀ ਨੇ ਸੁਬਾਹ ਕੇ ਲਿਆ ਜੇ ਸੁਬਾਹ ਸ਼ਾਨ ਪੁੱਤਰ ਲਿਆ ਝੋਟੀ ਨੇ ਦੂਜਾ ਠੀਕ ਹੋ ਗਿਆ ਜਨਾਬ ਸਾਹਮਣੇ ਆ ਗਈ ਚੌਕੀ ਸਿਫਤ ਅੱਗੇ ਨੀ ਕਦੇ ਕੀਤੀਆਂ ਜੀ ਬਿਲਕੁਲ ਤਾਰੀਫ ਸਿਫਤ ਅੱਲਾਹ ਦੇ ਅੱਲਾਹ ਦੇ ਰਸੂਲ ਦੀ ਬਲਾਲ ਪਿਆ ਦੱਸਦਾ ਭਰਾਵਾਂ ਦੇ ਸਾਹਮਣੇ ਆ ਜਾਣੀ ਹਰ ਗੱਲ ਜੀ ਬਿਲਕੁਲ ਬਾਕੀ ਮੇਰੀਆਂ ਝੋਟੀਆਂ ਘੁੱਟ ਕੇ ਵੇਖਿਓ ਠੀਕ ਹੈ ਥਣ ਵੇਖਿਓ ਥਣਾਂ ਦੀ ਵੰਡ ਵੇਖਿਓ ਵਿੱਤੀਆਂ ਵੇਖਿਓ ਲਿਬਾਸ ਮਾਜ ਦਾ ਵੇਖਣਾ ਜੀ ਅੱਲਾ ਦੇ ਹੁਕਮ ਨਾਲ ਜੇ ਮਾਜ ਚੋਲੇ ਵੀ ਅੰਜੇ ਵੀ ਜਿਕਰ ਪੱਛੜ ਵੇ ਨਿੰਬੂ ਵਾਲਾ ਨਿੰਬੂ ਆਰ ਨਿਕੜੇ ਵੀ ਮਾਸ਼ਾਅੱਲਾ ਜੀ ਲਿਬਾਸ ਜਿਹੜਾ ਨਾ ਝੋਟੀ ਦਾ ਇਹ ਨਿੰਬੂ ਵਾਲਾ ਫਿਰ ਧੁੰਨੀ ਤੋਂ ਲੈ ਕੇ ਹਾਰ ਤੱਕ ਤੇ ਇੱਕ ਫੁੱਟ ਚੌੜਾ ਮਾਸ਼ਾਅੱਲਾ ਚੌੜਾਈ ਜਿਹੜੀ ਹੈ ਨਾ ਫੁੱਟ ਮਾਸ਼ਾਅੱਲਾ ਜਨਾਬ ਲਿਬਾਸ ਦੀ ਗੁੱਡਾ ਧੁੰਨੀ ਕੋਲੀ ਹਰ ਸ਼ਾ ਭਰਾਵਾਂ ਸਾਹਮਣੇ ਜੀ ਬਿਲਕੁਲ ਲੱਤਾਂ ਬਰੀਕ ਜਿਹੜੀਆਂ ਨੇ ਨਾ ਲੱਤਾਂ ਬਰੀਕ ਚੁਆਈ ਅੰਜੇ ਵੇ ਜਿਹੜਾ ਥਾਂ ਨੇ ਸਾਰੇ ਭਰਾਵਾਂ ਨੂੰ ਜਨਾਬ ਕੁਝ ਰੱਖੇ ਜਿੰਨੇ ਵੀ ਭਰਾ ਜਿਹੜੇ ਨਾ ਇਤਮਾਦ ਕਰਦੇ ਇਸ ਚੈਨਲ ਦੇ ਔਰ ਇਸ ਚੈਨਲ ਦੀ ਟੀਮ ਨਾਲ ਜਿਹੜਾ ਨਾ ਲੋ ਜੀ ਇੱਥੇ ਇੱਕ ਵਾਰੀ ਲਿਬਾਸ ਦਾ ਸ਼ੋਅ ਕਰਨਾ ਕਿ ਧੁੰਨੀ ਤੋਂ ਸਾਰ ਤੱਕ ਲਿਬਾਸ ਦੀ ਚੁੜਾਈ ਔਰ ਲੰਬਾਈ ਮਾਸ਼ਾਅੱਲਾ ਜੀ ਝੋਟੀ ਦੀ ਚੈੱਕ ਕਰਨੀ ਚਾਚਾ ਜੀ ਕੀ ਝੋਟੀ ਕੋਲ ਆਇਆ ਚਾਰ ਪੁੱਤਰ ਸਿਆਸਤ ਵਾਲਿਆਂ ਨੇ ਝੋਟੀ ਸੂਈ ਠੀਕ ਹੈ ਪਰ ਤੁਹਾਨੂੰ ਸੁਭਾ ਲੱਗੀਆਂ ਨੇ ਠੀਕ ਹੈ ਜੀ ਸਭ ਅੱਗੇ ਟੁੱਟੀਆਂ ਨੇ ਜੀ
ਅੱਲਾ ਦੇ ਹੁਕਮ ਨਾਲ ਮੇਰੀ ਮਾਂ ਦੇ ਕੋਲੇ ਝੋਟੀ ਕੋਲੇ 16 ਲੀਟਰ ਦੁੱਧ ਆਦਾ ਸਾਰੀ ਹੋ ਜਾਂਦਾ ਆ ਸਾਲ ਮੁੱਕ ਗਿਆ ਮਾਸ਼ਾਅੱਲਾ ਜੂਦ ਛੇਵੇਂ ਤੇ ਸੱਤਵੇਂ ਦੇ ਬਾਕੀ ਇਹ 16 15 ਫੇਰਾ ਨਹੀਂ ਹੈ ਵੀ ਅੱਲਾ ਦੇ ਹੁਕਮ ਨਾਲ ਹੀ ਪ੍ਰਾਪਤ ਕਰੇਗਾ ਜੇ ਤਾਂ ਦੁੱਧ ਨਾਲ ਦਾ ਤਲਾ ਕੋਈ ਗੱਲ ਨਹੀਂ ਦਾ ਵੈਰੀ ਗੁੱਡ ਜਨਾਬ ਇਹਦੀ ਦਸਾਂ ਨੇ ਜਿਹੜੀ ਹੈ ਤੇ ਰਾਤ ਦੀ ਹੈ ਉਹਦੇ ਨਾਲ ਕੱਢ ਗਿਆ 15 ਫੇਰਾ ਪਸੰਦ ਆਵੇ ਨਾ ਦੇਰ ਆਏ ਦਰੁਸਤ ਆਏ ਮੁੱਲ ਲਾਣਾ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਵੀ ਜਨਾਬ ਨੇ ਜਿਹੜੇ ਪੁੱਤਰ ਭਰਾ ਨੂੰ ਚੰਗੀ ਲੱਗੀ ਠੀਕ ਹੈ 45,000 ਦੱਸੋ ਕਿ ਕਦਰ ਤੁਸਾਂ ਕਰਨੀ ਆ ਮੈਂ ਕਰਨੀ ਜਨਾਬ ਗੱਲ ਹੁੰਦੀ ਬਿਸਮਿਲ੍ਲਾ ਮੈਂ ਪੜ੍ਹਨੀ ਹੈ ਤੇ ਰਸਾ ਤੁਸਾਂ ਪੜਾਣਾ ਲੋ ਜੀ ਚੋਖਾ ਨੀ ਚਾਚਾ ਜੀ ਕਰਨਾ ਵੀ 45 ਮੁੱਲ ਲਾਇਆ ਜੋ 10,000 ਰੁਪਇਆ ਜਿਹੜਾ ਨਾ ਅੱਜ ਇਸ ਵੀਡੀਓ ਕਾਫੀ ਦਿਨਾਂ ਤੋਂ ਬਾਅਦ ਬਣਨ ਲੱਗੇ ਜਿਸ ਭਰਾ ਨੂੰ ਪਸੰਦ ਆਵੇ ਨਾ 5,35,000 ਰੁਪਏ ਦੀ ਜਿਹੜਾ ਨਾ ਇਹ ਝੋਟੀ ਬਿਸਮਿਲ੍ਲਾ ਪੜੋ ਜਿਸ ਭਰਾ ਨੂੰ ਪਸੰਦ ਆਵੇ ਪੂਰੇ ਰੰਗ ਦੀ ਲਾੜੂ ਹੈ ਜੀ ਬਿਲਕੁਲ ਤੇ 5-6-7 ਦਿਨ ਦੀ ਝੋਟੀ ਜਿਹੜਾ ਨਾ ਸੋਈ ਹੈ ਜੇ ਮੈਂ ਰੱਖ ਸਕੀ ਜੇ ਮੈਂ ਦੂਸਰਾ ਕੰਮ ਕਰੇ ਇਹ ਫਾਇਦਾ ਇਹਨਾਂ ਦੁੱਧਾਂ ਨਾਲ ਕੋਈ ਚਲਦੀ ਜਾਂ ਨਾ ਸਹੀ ਬਾਈ ਦੇ ਭੁੱਖਾ ਵੇ ਫਾਇਦਾ ਨਸਲ ਚੰਗੀ ਹੈ ਤਲਕ ਚੰਗੀ ਜੂ ਨਾ ਹੈ ਝੋਟੀ ਦਾ ਦਾ ਨਾ ਰਾਜ਼ੀ ਹੋ ਗਿਆ ਜੀ ਬਿਲਕੁਲ ਜੀ ਚਾਚਾ ਕੋਈ ਗੱਲ ਨਹੀਂ ਮੈਂ ਵੀ ਰਾਜ਼ੀ ਹਾਂ ਤੇ ਇਨਸ਼ਾਅੱਲਾ ਆਪਣੇ ਸਬਸਕ੍ਰਾਈਬਰ ਜਿਹੜੇ ਨੇ ਨਾ ਚਾਰ ਚਿੱਟੇ ਨੇ ਤੇ ਬਾਕੀ ਸਾਰੀ ਨਸ਼ ਕਾਲੀ ਹੈ ਜਨਾਬ ਚੋਰੀ ਜਾਣਾ ਖਿਲਾਣਾ ਨਹੀਂ ਹੈ ਜਿਹੜਾ ਨਾ ਇੱਕ ਵਾਰੀ ਝੋਟੀ ਦੀ ਟੋਰ ਲਿਬਾਸ ਥਾਣ ਮਾਸ਼ਾਅੱਲਾ ਝੋਟੀ ਦਾ ਭਰਾਵਾਂ ਨੂੰ ਟਿਕਾਣਾ ਸ਼ੌਕ ਜਿਹੜਾ ਨਾ ਇਹ ਭਰਾਵਾਂ ਨੂੰ ਕਰਾਣਾ ਲੈਣੇ ਦੇਣੇ ਨਸੀਬ ਨੇ ਛੋਟੀ ਛੋਟੀ ਜਿਹੜਾ ਨਾ ਇਹ ਝੋਟੀ ਨੂੰ ਜਨਾਬ ਸਿੰਗੀ ਲੱਗੀ ਹੈ ਔਰ ਚਿੱਟੀ ਆਪ ਹੈ ਮੋਟਾ ਜਿਹੜਾ ਨਾ ਮਾਸ਼ਾਅੱਲਾ ਜਨਾਬ ਝੋਟੀ ਦਾ ਲਿਬਾਸ ਵੀ ਜਿਹੜਾ ਨਾ ਇਹ ਵੀ ਭਰਾਵਾਂ ਨੇ ਚੈੱਕ ਕਰਨਾ ਫਿਰ ਹੱਡੀਆਂ ਸਾਰੀਆਂ ਧੁੰਨੀ ਗੋਲੀ ਵੇਖਣੀ ਝੋਟੀ ਦੀ ਥਾਣ ਵੇਖਣਾ ਜੀ ਬਿਲਕੁਲ ਔਰ ਗਾੜੀ ਜਿਹੜੀ ਗਾੜੀ ਵੇ ਨਾਲ ਹੁਕਮ ਨਾਲ
ਸਾਰੀਆਂ ਬਰੀਕੀਆਂ ਮਾਰੀਆਂ ਵੇਖਣੀਆਂ ਨੇ ਜੀ ਬਿਲਕੁਲ ਜੋ ਜੋ ਚਵਾਈਆਂ ਹੋਈਆਂ ਨਾ ਹੋਰ ਖੁੱਲੇ ਗਏ ਜਿਹੜਾ ਅੱਲਾ ਦੇ ਹੁਕਮ ਨਾਲ ਜਿਹੜਾ ਨਾ ਉਹਦੀ ਚਾਚਾ ਜੀ ਚੌਥੇ ਦਿਹਾੜੇ ਜਿਹੜਾ ਨਾ ਇਹ ਝੋਟੀ ਨੰਬਰ ਦੋ ਜਿਹੜੀ ਹੈ ਔਰ ਮੁਸ਼ਕਣ ਜਿਹੜਾ ਨਾ ਇੱਕ ਰੰਗ ਦੇ ਵਿੱਚ ਜੀ ਵਹਾ ਕਰਦਾ ਬਲਾਲ ਕੱਚਾ ਨਾੜੂ ਜਿਹੜਾ ਔਰ ਕੱਟੀ ਜਿਹੜੀ ਹੈ ਨਾ ਉਹ ਵੀ ਜਨਾਬ ਚੈੱਕ ਕਰਨੀ ਹੈ ਇੱਕ ਰੰਗ ਦੇ ਵਿੱਚ ਜਿਹੜਾ ਨਾ ਚਾਚਾ ਜੀ ਕੀ ਕਿਉਂ ਤੇ ਝੋਟੀ ਖੁੱਲਿਆ ਹੈ ਝੋਟੀ ਕੋਈ ਸ਼ਾਨ ਮੂੰਹ ਨਾਲ ਤੇ ਫਿਰ ਭਾਵੇਂ ਤੇ ਭਾਵੇਂ ਉਹ 18 ਦੇ ਰਾਖਲਾ ਮੇਰਾ ਕਿਹੜਾ ਕਿਸੇ ਮੂੰਹ ਰੱਖ ਲੈਣਾ ਠੀਕ ਹੈ ਝੋਟੀ ਮੁਲਕ ਪੜਾਵੇ ਜੀ ਝੋਟੀ ਨੂੰ ਜਨਾਬ ਖਾਣ ਲੱਗੇ ਨੇ ਲਬਾਸ ਦਾ ਚੋਕ ਬਲਾਲ ਨੇ ਕਰਾ ਛੱਡਿਆ ਗਾੜੀ ਵਿਚਾਲੀ ਜਿਹੜੀ ਹੈ ਨਾ ਉਹ ਬਲਾਲ ਵਹਾ ਛੱਡਣੀ ਹਾਈਟ ਮੇਲ ਹੱਡੀ ਕੁੰਡਾ ਜਿਹੜਾ ਨਾ ਝੋਟੀ ਦਾ ਜਨਾਬ ਚੈੱਕ ਕਰਨੇ ਤੇ ਫਿਰ ਦੋ ਨੇ ਝੋਟੀ ਜਨਾਬ ਨੇ ਕਿੰਨੇ ਦੇ ਰਹਿਣੀ ਹੈ ਠੀਕ ਹੈ ਚੋਗੀ ਛਿੱਕੀ ਹੋਗੀ ਨਾ ਮਾਸ਼ਾਅੱਲਾ ਜੀ ਚੋ ਦੇ ਮੁਕੰਮਲ ਕਰਕੇ ਛਿੱਕ ਦੇ ਦੰਦ ਜਿਹੜਾ ਨਾ ਇਹ ਝੋਟੀ ਕੱਢਦੀ ਪਈ ਹੈ ਪਹਿਲਣ ਔਰ ਫਿਰ ਬੁਲਬੁਲ ਝੋਟੀ ਦੀ ਹਾਈਟ ਵੇਲ ਔਰ ਲਬਾਸ ਹਨ
ਮਾਸ਼ਾਅੱਲਾ ਜਨਾਬ ਥਾਪੜਾ ਮਾਰ ਕੇ ਬੱਚਾ ਛੱਡ ਕੇ ਜਿਹੜਾ ਨਾ ਝੋਟੀ ਦੇ ਥੱਲੇ ਪੈ ਜਾਣਾ ਤੇ ਝੋਟੀ ਹੱਲਣ ਨੀ ਲੱਗੀ ਚੌਂਕ ਦੇ ਮੁਕੰਮਲ ਕਰਕੇ ਨਾ ਔਰ ਸਿੱਖ ਦੇ ਦੰਦ ਜਿਹੜੇ ਨਾ ਪੱਟਦੀ ਪਈ ਹੈ ਅੱਖਾਂ ਦੋਵੇ ਇੱਕੋ ਜਿਹੀਆਂ ਔਰ ਮੂੰਹ ਦੀ ਵੀ ਤਸੱਲੀ ਜਿਹੜੀ ਹੈ ਨਾ ਉਹ ਵੀ ਜਨਾਬ ਕਰ ਲੈਣੀ ਹੈ ਮਗਰ ਇਹਦੇ ਵੀ ਕੱਟੀ ਜਿਹੜਾ ਨਾ ਹੱਲਣ ਨੀ ਲੱਗੀ ਯਾਰ ਮਾਸ਼ਾਅੱਲਾ ਸਫ਼ਰ ਦੀ ਕੁੱਟੀਆਂ ਨੇ ਕਈ ਸਫ਼ਰ ਦਾ ਲੱਗਦਾ ਹੈ ਵੱਧ ਲੱਗਦਾ ਹੈ ਠੀਕ ਹੈ ਸੂਰੀ ਉੱਥੇ ਗੇਰ ਸੱਡੀ ਚੰਪਾਣੀ ਹੈ ਠੀਕ ਹੋ ਗਿਆ ਜਨਾਬ ਅੱਜ ਖਿਦਮਤ ਦੇ ਨੇ ਸੋਏ ਹੈ ਇਹਨੂੰ ਅੱਜ ਤੀਸਰਾ ਦਿਨ ਦੇ ਜੇ ਬੋਲੇ ਜੇ ਬੋਲੇ ਜੇ ਫਿਰ ਬੱਲਾ ਜੋ ਖੜਾ ਬੋਲੇ ਜੇ ਮਾਸ਼ਾਅੱਲਾ ਜਨਾਬ ਛੋਟੀ ਬੋਲੇ ਜੇ ਫਿਰ ਦੀ ਕਿਹਾ ਜਿਹੜਾ ਹੈ ਨਾ ਚਾਚਾ ਕੀ ਬੋਲਾ ਜੋੜਾ ਹੈ ਮੈਂ ਅੱਜ ਦੇ ਕੋਲੇ ਬੋਲਾ ਇਹਦੇ ਕੋਲੇ ਅੱਲਾ ਦੇ ਹੁਕਮ ਨਾਲ ਸਾਊ ਸੀਲ ਪਾ ਇੰਜ ਦੀ 9 ਇੰਚ ਦੇ 10 ਕਿਲੋ ਐ ਵੇਖੋ ਠੀਕ ਹੋ ਗਿਆ ਸਾਊ ਸੀਲ ਇੰਜ ਦੀ ਮੌਜੂਦ ਹੈ ਤੇ ਬਾਕੀ ਲਿਬਾਸ ਖੜ ਜਿਹੜਾ ਨਾ ਉਹ ਬਲਾਲ ਨੇ ਜਿਹੜਾ ਵਹਾ ਛੱਡਿਆ ਹੱਡੀ ਪੁੱਠਾ ਜਿਹੜਾ ਨਾ ਉਹ ਝੋਟੀ ਦਾ ਪਿੱਠਾ ਛੱਡਿਆ ਤੇ ਮਗਰ ਵੀ ਇੱਥੇ ਜਨਾਬ ਘੱਟੀ ਜਿਹੜਾ ਲੋਜੀ ਚੰਦਾ ਜੀ ਕਿੰਨੇ ਦੇ ਜਨਾਬ ਨੇ ਝੋਟੀ ਦੇ ਲੈਣੀ ਹਫ਼ਤੇ ਜਿਹੜੇ ਭਲਾਰੋ ਲੱਗੀ ਨੇ ਚੰਗੀ ਜੀ ਸਾਰੇ ਕੰਮ ਛੱਡ ਕੇ ਠੀਕ ਹੈ ਚਾਰ ਲੱਖ ਤਿੰਨ ਲੱਖ 70,000 ਰੁਪਏ ਝੋਟੀ ਸਾਨੂੰ ਨਿਸ਼ਾਨ ਦੱਸੀ ਪੁੱਤਰ ਦੂਜਣ ਹੋਣਾ ਭਰਾਵਾਂ ਦੇ ਸਾਹਮਣੇ
ਝੋਟੀ ਫਿਰ ਧੁੰਨੀ ਘੋਲੀ ਧੁੰਨੀ ਘੋਲੀ ਉਹਨੇ ਕਿਹਾ ਬਈ ਢੂੰਡਣੀ ਪੈਣੀ ਲੰਮਿਆਂ ਪੈ ਕੇ ਜੀ ਬਿਲਕੁਲ ਢੂੰਡ ਲੈਣੇ ਲੱਭਣ ਲਈ ਲੱਭਣ ਨੀ ਲੱਗ ਗਈ ਹੈ ਭਾਈ ਦੀਆਂ ਬਰੀਕੀਆਂ ਵੇਖੋ ਥਾਣਾ ਦੀ ਵੰਡ ਵੇਖੋ ਕਿੰਨੀ ਕਿੰਨੀ ਮਿੱਠੀ ਮਾਸ਼ਾਅੱਲਾ ਵੇਖੋ ਔਰ ਥਾਣੇ ਦਾ ਵੀ ਬੇਕੀਮਤੀ ਜਿਹਾ ਨਾ ਮਾਸ਼ਾਅੱਲਾ ਮਗਰ ਜੀ ਬਿਲਕੁਲ ਤੇ ਪਛਮ ਜਿਹੜੀ ਦਿਸਦੀਆਂ ਪਈਆਂ ਨੇ ਚਾਚਾ ਜੀ ਕਿ ਟਾਈਮ ਤੇ ਜਿਹੜਾ ਨਾ ਜੀ ਬਿਲਕੁਲ ਜੀ ਉਹ ਤੇ ਬੇਸ਼ੱਕ ਕੋਈ ਭਰਾ ਜ਼ਬਾਨ ਤੇ ਲੈ ਜੇ ਬਿਲਕੁਲ ਜੀ ਲੈ ਜਾ ਕੇ ਜ਼ਹਿਰ ਦਿੰਦੇ ਆਏ ਨੇ ਕੋਈ 50 ਮੱਝਾਂ ਖੜੀਆਂ ਮੇਰੇ ਘਰ ਦੀਆਂ ਔਰ ਜ਼ਬਾਨ ਦੇ ਗਈਆਂ ਹਰੀ ਪਰਸਾਰ ਸਿਆਲਕੋਟ ਨਾਰੋਵਾਲ ਸਿਆਲਕੋਟ ਤੱਕ ਮੰਡੀ ਭਾਗ ਤੇ ਮੱਝਾਂ ਗਈਆਂ ਗੁਲਾਬਾਂ ਦੇ ਆਇਆ ਕੋਈ ਬੰਦਾ ਆਇਆ ਨਹੀਂ ਹੈ ਅਜੇ ਤੱਕ ਨਹੀਂ ਆਇਆ ਟੋਡੇ ਮੋੜ ਤੇ ਪੈਸੇ ਆਏ ਮੱਝਾਂ ਮੈਂ ਢੋਲ ਖੜੀ ਜੀ ਬਿਲਕੁਲ ਜਨਾਬ ਮੇਰੇ ਖਿਆਲ ਚ ਕੋਈ 50 ਤੋਂ 50 ਲੱਗ ਗਏ ਬੰਦਾ ਆ ਕੇ ਮੱਝ ਜੱਤੇ ਘਾਰ ਨਹੀਂ ਮਾਰੀ ਜੀ ਬਿਲਕੁਲ ਜਨਾਬ ਇੱਕ ਦਿਨ ਦਾ ਭਾਈ ਆਇਆ ਮੈਂ ਕਿਹਾ ਮੇਰੇ ਘਾਰ ਮਾਰ ਲੈ ਮੈਂ ਕਿਹਾ ਮੈਂ ਨਹੀਂ ਮਾਰ ਧਾਰਾ ਨਹੀਂ ਮਾਰ ਜੀ ਤੇਰਾ ਮੁਲਾਕਾਤ ਕਰ ਮੁਲਾਕਾਤ ਬਟੋ ਮਿਲ ਲੈ ਜੀ ਬਿਲਕੁਲ ਜਨਾਬ ਲੋ ਜੀ ਕਹਿੰਦੇ ਜੀ ਅੱਜ 4 ਤੋਂ 5 ਦੇ ਵਿੱਚ ਮੇਰੇ ਕੋਲ ਕੀ ਤੁਸੀਂ ਦੇ ਆਸਿਆ ਜਿਹੜਾ ਇਹਦੇ ਕੋਲ 7 ਤੋਂ 5 ਤੋਂ 12 ਨਿਕਲਾ ਅੱਲਾ ਪਾਕ ਜਿਹੜਾ ਵੀ ਭਰਾ ਲੈ ਕੇ ਜਾਇਆ ਨਾ ਚੋਣੇ ਚੋਣੀ ਜਿਹੜਾ ਨਸੀਬ ਕਰੇ ਜਿਹਦੇ ਉਹਨਾਂ ਦੇ ਨਸੀਬ ਲੋ ਜੀ ਕੱਟਾ ਵੀ ਵਹਾਓ ਜੀ ਇੱਕ ਵਾਰੀ ਨਾਲ ਹੀ ਇੱਕ ਦੇ ਮਗਰ ਕੱਟਾ ਦੇ ਨਾਲ ਤਰੋ ਮਗਰ ਜਿਹੜਾ ਨਾ ਕੱਟੀਆਂ ਨੇ ਲੋ ਜੀ ਚਾਚਾ ਜੀ ਕਿੰਨੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਝੋਟੀ ਦੇ ਸਕਦੀ ਹੈ ਨੰਬਰ ਇੱਕ ਜਿਹੜਾ ਨਾ ਇਹ ਖੋਲ ਕੇ ਫਿਰ ਇੱਕ ਵਾਰੀ ਭਰਾਵਾਂ ਨੂੰ ਦਿਖਾ ਕੇ ਔਰ ਸ਼ੌਕ ਜਿਹੜਾ ਨਾ ਇਹ ਭਰਾਵਾਂ ਨੂੰ ਕਰਾਉਣਾ ਮਾਸ਼ਾਅੱਲਾ ਜੀ ਇੱਕ ਅਨਮੋਲ ਤੋਹਫਾ ਹੈ ਅਨਮੋਲ ਹੀ ਰਹਿ ਔਰ ਝੋਟੀ ਦੇ ਲੇਕਰ ਨੇ ਚਾਚਾ ਜੀ ਮਾਸ਼ਾਅੱਲਾ ਪੂਰੇ ਰੰਗ ਦੀ ਔਰ ਪਾਣੀ ਕਲਿਆਣ ਮਾਸ਼ਾਅੱਲਾ ਜਨਾਬ ਕੱਟੀ ਲੋ ਜੀ ਸ਼ੌਕ ਇੱਕ ਵਾਰੀ ਫਿਰ ਜਿਹੜਾ ਨਾ ਇਹ ਝੋਟੀ ਦਾ ਭਰਾਵਾਂ ਨੇ ਕਰਨਾ ਤੇ ਜਨਾਬ ਨੰਬਰ ਇੱਕ ਝੋਟੀ ਇੱਕ ਇੱਕ ਅੰਗ ਅੱਗੇ ਵੀ ਵਹਾਇਆ ਔਰ ਫਿਰ ਇੱਕ ਵਾਰੀ ਜਿਹੜਾ ਨਾ ਇਹ ਭਰਾਵਾਂ ਨੇ ਯਾਦ ਕਰਨਾ ਮੈਂ ਹੁਣ ਬੰਦਾ ਵਡੇਰਾ ਜਿੱਤੇ ਦਾੜੀ ਜੀ ਮੇਰੀ ਮਾਂ ਜੋ ਕੇ ਮੋਰਾਂ ਹਰ ਟੁਰਦੀ ਏ ਜੀ ਬਿਲਕੁਲ ਜੀ ਮੇਰੀ ਮਾਂ ਦੇ ਨਾਲ ਦੇ ਟੋਰ ਸਾਰੀਆਂ ਮੱਝਾਂ ਦੀਆਂ ਮਾਸ਼ਾਅੱਲਾ ਟੋਰ ਵੀ ਬੜੀਆਂ ਵੀ ਮੈਂ ਨਾ ਚੁਕੀਆਂ ਗੱਲਾਂ ਦਾ ਫਾਇਦਾ ਨਹੀਂ ਹੁੰਦਾ ਜੀ ਬਿਲਕੁਲ ਜਨਾਬ ਇਹ ਇਹਦੀ ਤਾਰੀਫ ਦੇ ਹੁਕਮ ਨਾਲ
ਧੁਨੀ ਵੀ ਤੁਰ ਕੇ ਸਾਰ ਮੱਝ ਮੁੱਤਰ ਗੋਹਾ ਕਰੇ ਨਿਵਾਸ ਦੇ ਉੱਤੇ ਪਵੇ ਦਾ ਪੂਰੀ ਲਾ ਕੇ ਮੱਝਾਂ ਸਾਰੀਆਂ ਤੇ ਮੈਂ ਚਲਾਉਣੀਆਂ ਤੇ ਮੇਰੀ ਝੋਟੀ ਵੇਖ ਲੈਣੀ ਇਸ਼ਾਨ ਮੇਰਾ ਮੁੱਲ ਵੀ ਵੇਖ ਲੈਣਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਬਲਾਲ ਝੋਟੀ ਦਾ ਲਿਬਾਸ ਜਿਹੜਾ ਨਾ ਤੇ ਫੇਰ ਵਹਾਦਰਨ ਲੋ ਜੀ ਚਾਚਾ ਜੀ ਨਾਰਾ ਮਾਰਨਾ ਜਨਾਬ ਪਾਕਿਸਤਾਨ ਜਿੰਦਾਬਾਦ ਪਾਕ ਫੌਜ ਜਿੰਦਾਬਾਦ।